ਇਸ ਨੂੰ ਅੰਤ ਤੱਕ ਜ਼ਰੂਰ ਸੁਣਿਓ ਮਹਾਰਾਣੀ ਜਿੰਦਾ ਮਹਾਰਾਜਾ ਰਣਜੀਤ ਸਿੰਘ ਦੇ ਪਤਨੀ ਅਤੇ ਮਹਾਰਾਜਾ ਦਲੀਪ ਸਿੰਘ ਦੇ ਮਾਤਾ ਜੀ ਸਨ ਜਦੋਂ ਮਹਾਰਾਜਾ ਦਲੀਪ ਸਿੰਘ ਸਿਰਫ 10 ਮਹੀਨੇ ਦੇ ਸੀ ਤੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ ਤੇ ਮਹਾਰਾਣੀ ਜਿੰਦਾ ਇੱਕ ਵਿਧਵਾ ਹੋ ਗਏ ਮਹਾਰਾਣੀ ਜਿੰਦਾ ਬਹੁਤ ਹੀ ਸਿਆਣੀ ਪਰਿਵਾਰਕ ਤੇ ਰਾਜਨੀਤਿਕ ਪੱਖੋਂ ਵੀ ਬਹੁਤ ਸਮਝਦਾਰ ਸੀ ਜਦੋਂ ਉਹਨਾਂ ਨੇ ਦੇਖਿਆ ਕਿ ਪੰਜਾਬ ਦੇ ਹਰ ਕੋਈ ਆਪਣੇ ਸਵਾਰਥ ਵਾਸਤੇ ਰਾਜ ਕਰਨਾ ਚਾਹੁੰਦਾ ਹੈ ਤੇ ਉਹਨਾਂ ਨੇ ਬਹੁਤ ਹੀ ਵਧੀਆ ਨੀਤੀ ਦੇ ਨਾਲ ਆਪਣੇ ਪੁੱਤ ਮਹਾਰਾਜਾ ਦਲੀਪ ਸਿੰਘ ਨੂੰ ਮਹਾਰਾਜਾ ਬਣਵਾ ਲਿਆ। ਅੰਗਰੇਜ਼ਾਂ ਨੇ ਮਹਾਰਾਣੀ ਨੂੰ ਆਪਣੇ 9 ਸਾਲ ਦੇ ਪੁੱਤਰ ਤੋਂ ਵੱਖ ਕਰਕੇ ਸ਼ੇਖੂਪੁਰਾ ਦੇ ਕਿਲੇ ਦੇ ਵਿੱਚ ਭੇਜ ਦਿੱਤਾ ਜਿੱਥੇ ਉਹਨਾਂ ਨਾਲ ਬਹੁਤ ਹੀ ਘਟੀਆ ਵਿਵਹਾਰ ਕੀਤਾ ਜਾਂਦਾ ਸੀ। ਪਹਿਲਾਂ ਤਾਂ ਮਹਾਰਾਣੀ ਆਪਣੇ ਪੁੱਤਰ ਨੂੰ ਚਿੱਠੀ ਲਿਖ ਲੈਂਦੇ ਸੀ ਪਰ ਫਿਰ ਅੰਗਰੇਜ਼ਾਂ ਨੇ ਉਹ ਵੀ ਬੰਦ ਕਰਾ ਦਿੱਤਾ ਕਿਉਂਕਿ ਉਹ ਮਹਾਰਾਣੀ ਜਿੰਦਾਂ ਦੀ ਸਿਆਣਪ ਤੋਂ ਡਰਦੇ ਸੀ। ਫਿਰ ਅੰਗਰੇਜ਼ਾਂ ਨੇ ਮਹਾਰਾਣੀ ਜਿੰਦਾਂ ਨੂੰ ਚਨਾਰ ਦੇ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਜਿੱਥੇ ਮਹਾਰਾਣੀ ਸਿਰਫ 2 ਹਫ਼ਤੇ ਵਾਸਤੇ ਹੀ ਰੁਕੇ। ਤੇ ਆਪਣੀ ਬਹਾਦਰੀ ਅਤੇ ਆਪਣੀ ਸਮਝਦਾਰੀ ਦੇ ਨਾਲ ਉੱਥੋਂ ਦੀ ਨਿਕਲ ਕੇ ਨੇਪਾਲ ਚਲੇ ਗਏ ਨੇਪਾਲ ਵਿੱਚ ਉਹ 12 ਸਾਲ ਆਪਣੇ ਪੁੱਤ ਤੋਂ ਵੱਖ ਰਹੇ ਦਿਨ ਰਾਤ ਉਸ ਨੂੰ ਯਾਦ ਕਰਕੇ ਇਸ ਹੱਦ ਤੱਕ ਰੋਂਦੇ ਰਹੇ ਕਿ ਉਹਨਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਤੇ ਉਹਨਾਂ ਨੂੰ ਦਸਣਾ ਬੰਦ ਹੋ ਗਿਆ ਮਹਾਰਾਜਾ ਦਲੀਪ ਸਿੰਘ 22 ਸਾਲ ਦੇ ਸੀ ਜਦੋਂ ਦੋਨੋਂ ਮਾਂ ਪੁੱਤ ਕਲਕੱਤੇ ਮਿਲੇ ਤੇ ਕੁੱਟ ਕੇ ਜੱਫੀ ਪਾ ਕੇ ਮਿਲੇ ਜਦੋਂ ਮਹਾਰਾਣੀ ਜਿੰਦਾ ਨੇ ਮਹਾਰਾਜਾ ਦਲੀਪ ਸਿੰਘ ਦੇ ਸਿਰ ਤੇ ਹੱਥ ਰੱਖਿਆ ਤੇ ਉੱਥੇ ਨਾ ਤਾਂ ਕੇਸ ਸੀ ਤੇ ਨਾ ਹੀ ਦਸਤਾਰ ਮਹਾਰਾਣੀ ਜਿੰਦਾ ਬਹੁਤ ਰੋਏ ਤੇ ਕਹਿਣ ਲੱਗੇ ਕਿ ਇਹ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਬੁਰਾ ਪਲ ਹੈ ਕਿਉਂਕਿ ਹੁਣ ਉਹਨਾਂ ਦੇ ਪਰਿਵਾਰ ਦੇ ਵਿੱਚ ਸਿੱਖੀ ਵੀ ਨਹੀਂ ਰਹੀ ਆਪਣੀ ਮਾਂ ਦੀਆਂ ਗੱਲਾਂ ਸੁਣ ਕੇ ਮਹਾਰਾਜਾ ਦਲੀਪ ਸਿੰਘ ਦਾ ਮਨ ਬਦਲ ਗਿਆ ਤੇ ਉਹਨਾਂ ਨੇ ਵਾਅਦਾ ਕੀਤਾ ਕਿ ਉਹ ਸਿੱਖੀ ਵੱਲ ਜ਼ਰੂਰ ਪਰਤਣਗੇ ਉਹ ਵਾਅਦਾ ਉਹਨਾਂ ਨੇ 1886 ਦੇ ਵਿੱਚ ਪੂਰਾ ਵੀ ਕੀਤਾ ਭੈਣੋ ਇਹ ਹੈ ਮਾਂ ਦੇ ਪਿਆਰ ਦੀ ਤਾਕਤ ਇੱਕ ਮਾਂ ਜੋ ਆਪਣੇ ਪੁੱਤ ਤੋਂ ਤਕਰੀਬਨ 13 ਸਾਲ ਦੂਰ ਰਹੀ ਉਸ ਨੇ ਸਿਰਫ ਇੱਕ ਮੁਲਾਕਾਤ ਦੇ ਵਿੱਚ ਆਪਣੇ ਪੁੱਤਰ ਨੂੰ ਸਿੱਖੀ ਦੀ ਅਹਿਮੀਅਤ ਸਮਝਾ ਦਿੱਤੀ ਆਪਾਂ ਵੀ ਉਸ ਮਾਂ ਦੇ ਪਿਆਰ ਤੇ ਤਿਆਗ ਤੋਂ ਸਿੱਖੀਏ ਤੇ ਆਪਣੇ ਬੱਚਿਆਂ ਨੂੰ ਕੇਸਾ ਦੀ ਸਿੱਖੀ ਦੀ ਮਹਾਨਤਾ ਬਾਰੇ ਦਸੀਏ ਉਹਨਾਂ ਨੂੰ ਗੁਰਬਾਣੀ ਨਾਲ ਜੋੜੀਏ ਤਾਂਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਵੀ ਰਸਤਾ ਨਾ ਭਟਕ ਜ